ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਹਰਮਨਦੀਪ ਸਿੰਘ। ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ 'ਤੇ ਝੋਨਾ ਜ਼ੋਰੋਂ ਜ਼ੋਰ ਲੱਗ ਰਿਹਾ ਜੀ, ਅਤੇ ਕਈ ਝੋਨੇ ਲਗਭਗ 10 ਦਿਨ ਤੋਂ ਉੱਪਰ ਹੋ ਗਏ ਆ। 15 ਦਿਨ ਦੇ ਆਸ ਪਾਸ ਤੁਸੀਂ ਜਿੰਕ ਪਾਉਣੀ ਆ ਜੀ। ਜੇ ਆਪਾਂ 21% ਪਾਉਣਾ ਚਾਹੁੰਦੇ ਹਾਂ, ਫਿਰ ਆਪਾਂ 16 ਕਿਲੋ ਪਾਈਏ, ਜੋ ਕਿ ਯੂਨੀਵਰਸਿਟੀ ਦੀ ਸਿਫਾਰਿਸ਼ ਆ। ਜੇ 33% ਪਾਉਣਾ ਚਾਹੁੰਦੇ ਹਾਂ, ਉਹ ਆਪਾਂ 8 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ। ਕਈ ਕਿਸਾਨ ਵੀਰ ਕਹਿ ਦਿੰਦੇ 2 ਕਿਲੋ ਪਾ ਲਈਏ ਅਸੀਂ, 4 ਕਿਲੋ ਪਾ ਲਈਏ ਅਸੀਂ। ਜੇ ਤਾਂ ਪਾਉਣੀ ਆ, ਉਸ 2 ਕਿਲੋ 4 ਕਿਲੋ ਦਾ ਕੋਈ ਫਾਇਦਾ ਨਹੀਂ। ਜੇ ਪਾਉਣੀ ਤਾਂ ਪ੍ਰੋਪਰ ਡੋਜ਼ ਪਾਓ ਉਹਦੀ, ਫਿਰ ਹੀ ਝੋਨੇ ਨੂੰ ਫਾਇਦਾ ਹੋਊਗਾ। ਅਤੇ ਆਉਣ ਵਾਲੇ ਸਮੇਂ 'ਚ ਆਪਾਂ ਸਮੇਂ ਸਮੇਂ ਸਿਰ ਆਪਾਂ ਵੀਡੀਓ ਪਾਉਂਦੇ ਰਹਾਂਗੇ, ਕਿਹੜੇ ਕਿਹੜੇ ਸਮੇਂ 'ਤੇ ਕਿਹੜੀ ਚੀਜ਼ ਪਾਉਣ 'ਚ ਫਾਇਦਾ ਵਾ ਅਤੇ ਕਿਹੜੀ ਚੀਜ਼ ਪਾਉਣ 'ਚ ਨਹੀਂ ਫਾਇਦਾ ਕਿਸਾਨ ਵੀਰ ਨੂੰ। ਅਤੇ ਆਪਾਂ ਇਸ ਸਮੇਂ ਦੇ ਵਿੱਚ ਜੇ ਮੂੰਗੀ ਮਾਂਗੀ ਵਿੱਚ ਆਪਾਂ ਵਾਹੀ ਆ ਜ਼ਮੀਨ ਦੇ ਵਿੱਚ ਜਾਂ ਪਰਾਲੀ ਵਿੱਚ ਵਾਹੁੰਦੇ ਹਾਂ, ਤਾਂ ਆਪਾਂ ਕੋਈ ਬਾਇਓ ਪ੍ਰੋਡਕਟ ਪਾ ਸਕਦੇ ਹਾਂ, ਖਾਸ ਕਰਕੇ ਮਾਈਕਰੀ ਜਾਂ ਜੋ ਕਿ ਉਹ ਜਿੰਨੇ ਵੀ ਤੱਤ ਐਕਸਟਰਾ ਪਏ ਨੇ ਜ਼ਮੀਨ ਦੇ ਵਿੱਚ, ਉਹ ਝੋਨੇ ਨੂੰ ਲਾ ਸਕੇ, ਉਹਦੀ ਐਡਵਾਂਟੇਜ ਆ। ਅਤੇ ਅਗਲੇ ਜਿਹੜੀ 30-35 ਦਿਨਾਂ ਦੇ ਕੀ ਪਾਉਣਾ ਵਾ ਅਤੇ ਕਿਹੜੀ ਸਪਰੇਅ ਕਰਨੀ ਆ, ਉਹਦੀ ਆਪਾਂ ਵੀਡੀਓ ਪਾਵਾਂਗੇ। ਅਤੇ ਜੇ ਮੇਰੀ ਜਾਣਕਾਰੀ ਵਧੀਆ ਲੱਗਦੀ ਆ ਤਾਂ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।